ਕੀ ਹਾਲ ਚਾਲ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਵਲੌਗ ਬਣਾ ਰਹੇ ਹਾਂ ਕਿਹੜਾ ਵਲੌਗ ਬਣਾ ਰਹੇ ਹਾਂ ਆਪਾਂ ਜਿਮ ਵਲੌਗ ਜਿਮ ਵਲੌਗ ਕਿਹੜਾ ਜਿਮ ਆਇਆ ਆਪਾਂ ਫਿਟ ਫਾਰ ਲੈਸ ਫਿਟ ਫਾਰ ਲੈਸ ਕੀ ਟਾਈਮ ਹੋ ਗਿਆ ਆਲਮੋਸਟ 2 ਦੋ ਵਜੇ ਰਾਤ ਦੇ ਤੇ ਕੰਮ ਤੋਂ ਵਿਹਲੇ ਹੋਏ ਸੀਗੇ ਸੋਚਿਆ ਚੱਲ ਅੱਜ ਜਿਮ ਦਾ ਵਲੌਗ ਬਣਾਈਏ ਤੁਹਾਨੂੰ ਕਰਾਵਾਂਗੇ ਆਪਾਂ ਛੋਟਾ ਜਿਹਾ ਜਿਮ ਜਿਮ ਟੂਰ ਕਰਾਵਾਂਗੇ ਤੇ ਜਦੋਂ ਅਸੀਂ ਹੈਲੀਫੈਕਸ ਮੂਵ ਹੋਏ ਸੀਗੇ ਉਦੋਂ ਕੁਐਸਚਨ ਸੀਗਾ ਸਾਡੇ ਮਨ 'ਚ ਕਿ ਯਾਰ ਕਿਹੜੇ ਜਿਮ ਜਾਇਆ ਜਾਵੇ ਇੱਥੇ ਅਸੀਂ ਜਦੋਂ ਓਨਟਾਰੀਓ 'ਚ ਸੀਗੇ ਆਪਾਂ ਕਿਹੜੇ ਜਿਮ ਸੀਗਾ ਪਲੈਨਟ ਫਿਟਨੈਸ 'ਚ ਸੀਗੇ ਬਟ ਇੱਥੇ ਹੈ ਨਹੀਂ ਪਲੈਨਟ ਫਿਟਨੈਸ ਹੈਲੀਫੈਕਸ 'ਚ ਪਲੈਨਟ ਫਿਟਨੈਸ ਹੈ ਨਹੀਂ ਹਾਂਜੀ ਤੇ ਫਿਰ ਅਸੀਂ ਕਾਫੀ ਕੁਛ ਦੇਖਿਆ ਵੀ ਕਿਹੜੇ ਜਿਮ ਜਾਣਾ ਚਾਹੀਦਾ ਤੇ ਸਾਨੂੰ ਫਿਟ ਫਾਰ ਲੈਸ ਕਾਫੀ ਅਫੋਰਡੇਬਲ ਲੱਗਿਆ ਤੁਹਾਡੇ ਕੀ ਰਿਵਿਊਜ਼ ਹੈ ਇਹਦੇ ਤੇ ਫਿਟ ਫਾਰ ਲੈਸ ਥੋੜਾ ਡਿਫਰੈਂਟਲੀ ਬਣਿਆ ਹੋਇਆ ਆ ਕਿਉਂਕਿ ਇਹਦੇ ਵਿੱਚ ਬਲੈਕ ਕਾਰਡ ਵਾਲਿਆਂ ਦਾ ਤੇ ਨਾਰਮਲ ਵਾਲਿਆਂ ਦਾ ਡਿਫਰੈਂਟ ਏਰੀਆ ਪੋਰਸ਼ਨ ਆਪਾਂ ਬਲੈਕ ਕਾਰਡ ਵਾਲੇ ਏਰੀਆ ਜਾ ਨਹੀਂ ਸਕਦੇ ਕਿਉਂਕਿ ਅਸੀਂ ਬਲੈਕ ਕਾਰਡ ਬਣਵਾਇਆ ਹਾਂ ਅਸੀਂ ਸੋਚਿਆ ਸਾਡਾ ਕੰਮ ਪਰ ਬਾਕੀ ਜਿਮ ਵਿੱਚ ਸਿਰਫ ਉਹ ਹੁੰਦਾ ਨਾ ਕਿ ਤੁਸੀਂ ਮਤਲਬ ਹੀਟ ਵਗੈਰਾ ਦਾ ਮਸਾਜ ਵਗੈਰਾ ਵਾਲੀ ਜਿਹੜੀ ਹੁੰਦੀ ਹੈ ਬਟ ਇੱਥੇ ਏਰੀਆ ਹੀ ਡਿਫਰੈਂਟ ਡਿਵਾਈਡ ਕੀਤਾ ਹੈ ਹਾਂ ਇਹਨਾਂ ਨੇ ਇੱਥੇ ਬਲੈਕ ਕਾਰਡ ਦਾ ਇਹ ਡਿਫਰੈਂਸ ਹੈ ਕਿ ਵੀ ਮਸ਼ੀਨਾਂ ਵਗੈਰਾ ਇਹਨਾਂ ਦਾ ਪੂਰਾ ਏਰੀਆ ਹੀ ਅੱਡ ਬਣਾਇਆ ਹੋਇਆ ਬਲੈਕ ਕਾਰਡ ਵਾਲਿਆਂ ਦਾ ਆਪਾਂ ਅੱਜ ਰੈਗੂਲਰ ਜਿਮ ਵਲੌਗ ਸ਼ੂਟ ਕਰਾਂਗੇ ਜਦੋਂ ਆਪਾਂ ਬਹੁਤ ਜਲਦੀ ਬਲੈਕ ਕਾਰਡ ਤੇ ਆ ਜਾਾਂਗੇ ਫਿਰ ਆਪਾਂ ਉਹ ਵੀ ਕਰਾਂਗੇ ਆਪਾਂ ਬਲੈਕ ਕਾਰਡ ਕਿਉਂ ਨਹੀਂ ਲਿਆ ਸਿਰਫ $2 ਦਾ ਡਿਫਰੈਂਸ ਹੈਗਾ ਪਤਾ ਨਹੀਂ ਆਪਾਂ ਕਿਉਂ ਨਹੀਂ ਲਿਆ ਉਹਦਾ ਹਾਂ $3-4 ਦਾ ਡਿਫਰੈਂਸ ਹੈਗਾ ਬਾਈ ਵੀਕਲੀ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਨਾਲ ਜਿਹੜਾ ਨਾਰਮਲ ਵਾਲਾ ਹੈਗਾ ਉਹ ਹੈਗਾ ਕੋਈ 11-12 ਦਾ ਨਹੀਂ ਨਹੀਂ ਨਾਰਮਲ ਜਿਹੜਾ ਹੁਣ ਆਪਾਂ ਲਿਆ ਆ ਉਹ ਹੈਗਾ 9 ਦਾ ਤੇ ਬਲੈਕ ਕਾਰਡ ਹੈਗਾ 11 ਦਾ ਅੱਛਾ ਇੰਨਾ ਕੀ ਅੱਜ $2 ਹੁੰਦਾ ਸੀ ਜਾ ਕੇ ਲਵਾਂਗੇ ਬਲੈਕ ਕਾਰਡ ਮੈਨੂੰ ਤਾਂ ਪਤਾ ਹੀ ਨਹੀਂ ਸੀ ਇੰਨਾ ਵੀ ਫਰਕ ਹੈ ਤੇ ਚਲੋ ਤੁਹਾਨੂੰ ਟਾਈਮ ਨਾ ਵੇਸਟ ਕਰੀਏ ਤੁਹਾਨੂੰ ਜਲਦੀ ਅਸੀਂ ਜਿਮ ਟੂਰ ਕਰਾਉਂਦੇ ਹਾਂ ਚਲੋ ਜੀ ਹਾਂਜੀ ਚਲੀਏ ਫਿਰ ਚਲੋ ਚਲੋ ਜਦੋਂ ਕੋਈ ਪਿੱਛੇ ਆਉਂਦਾ ਹੋਵੇ ਨਾ ਉਹਦੇ ਲਈ ਗੇਟ ਫੜੀਦਾ ਹੁੰਦਾ ਇਹ ਕੈਨੇਡਾ ਦਾ ਰੂਲ ਹੈ ਠੀਕ ਹੈ ਹੈਂਡੀਕੈਪ ਨਹੀਂ ਹੈਗਾ ਆਪਾਂ ਚਲੋ ਆ ਰਿਹਾ ਜੀ ਕਾਰਡ ਜੇ ਕੋਈ ਵੀ ਨਵਾਂ ਮੈਂਬਰ ਆਉਂਦਾ ਜਿਮ ਜੁਆਇਨ ਕਰਨ ਲਈ ਤਾਂ ਸਟਾਫ ਨੂੰ ਮਿਲਣ ਦੀ ਲੋੜ ਨਹੀਂ ਇਹ ਮਸ਼ੀਨ ਲੱਗੀ ਹੈ ਇੱਥੇ ਆ ਕੇ ਤੁਸੀਂ ਆਪਦਾ ਕਾਰਡ ਬਣਵਾ ਸਕਦੇ ਹੋ ਚਲੋ ਚਲੀਏ ਅੰਦਰ ਵੜ ਜਾਓ ਸਕੈਨ ਕਰਕੇ ਆ ਸਕੈਨ ਕਰਕੇ ਬਟ ਇੱਥੇ ਸ਼ਾਵਰ ਲੈਣ ਲਈ ਸਟਾਫ ਦਾ ਹੋਣਾ ਜ਼ਰੂਰੀ ਆ ਉਸ ਤੋਂ ਬਿਨਾਂ ਨਹੀਂ ਅਸੈਸ ਕਰ ਸਕਦੇ ਇਹਦੇ ਥਰੂ ਤੁਸੀਂ ਪਾਣੀ ਪੀ ਸਕਦੇ ਹੋ ਨਹੀਂ ਬਟ ਕਿਸੇ ਨੂੰ ਪਤਾ ਲੱਗਣਾ ਕਿਉਂਕਿ ਸਟਾਫ ਨਹੀਂ ਹੈਗਾ ਬਲੈਕ ਕਾਰਡ ਏਰੀਆ ਸਾਰਾ ਉੱਪਰ ਹੈ ਸਿਰਫ ਨਾਰਮਲ ਏਰੀਆ ਜਿਹੜਾ ਹੈਗਾ ਥੱਲੇ ਉਹਦਾ ਵਲੌਗ ਸ਼ੂਟ ਕਰ ਰਹੇ ਹਾਂ ਕਿਉਂਕਿ ਆਪਾਂ ਨਾਰਮਲ ਲਿਆ ਹੋਇਆ ਹੈ ਕਾਰਡ ਆ ਫੋਟੋ ਸ਼ੂਟ ਲਈ ਏਰੀਆਸ ਇੱਧਰ ਵਧੀਆ ਵਧੀਆ ਤੁਸੀਂ ਜਿਮ ਵਧੀਆ ਲਾ ਸਕਦੇ ਹੋ ਇੱਧਰ
सब तो मेन आपकी सेल्फीज क्लिक कर सकते हो ते थले आ वाले हैशटैग ते जाके पोस्ट कर सकते हो हैशटैग अटैच करके एंड 2:10 हो चुके हैं एंड आप हजे व्लॉग ही बना रहे हैं कुछ नहीं स्टार्ट किया ਆਪਾਂ ਟੋਟਲੀ ਬਲੈਕ ਐਂਡ ਨਹੀਂ ਆਪਾਂ ਟੋਟਲੀ ਬਲੈਕ ਨਹੀਂ ਬਲੈਕ ਐਂਡ ਗ੍ਰੇ ਦਾ ਕੰਬੀਨੇਸ਼ਨ ਕੀਤਾ ਮੈਂ ਬੋਡੀ ਵਰਕਆਊਟ ਐਕਸਰਸਾਈਜ਼ ਲਈ ਬਣੀ ਹੋਈ ਹੈ ਟ੍ਰੈਨ ਟੈਨਿੰਗ ਰੂਮ ਬਣੇ ਹੋਏ ਆ ਇਹ ਸਾਰੇ ਬਲੈਕ ਕਾਰਡ ਅਵੇਲੇਬਲ ਨੇ ਤੁਸੀਂ ਦੇਖ ਸਕਦੇ ਹੋ ਮੇਰਾ ਦਿਲ ਕਰ ਰਿਹਾ ਮੈਂ ਫੇਕ ਲੰਮਾ ਪਿਆ ਤੁਸੀਂ ਮੈਨੂੰ ਸਾਇਦ ਇਹ ਆਪਾਂ ਇਹ ਕੱਟ ਦਿਓ ਇਹ ਟੈਨਿੰਗ ਰੂਮ ਕੋਈ ਨਹੀਂ ਯਾਰ ਜਿਵੇਂ ਤਾਂ ਆਪਾਂ ਤਾਂ ਨਹੀਂ ਹੈ ਇਹ ਸੀਗਾ ਛੋਟਾ ਜਿਹਾ ਜਿਮ ਟੂਰ ਹੁਣ ਆਪਾਂ ਵਰਕਆਊਟ ਕਰ ਲਈਏ ਕਿ 2:20 ਆਲਰੇਡੀ ਹੋ ਚੁੱਕੇ ਆ ਐਂਡ ਆਪਾਂ 2 ਵਜੇ ਜਿਮ ਚ ਐਂਟਰ ਹੋਏ ਆ ਅਸੀਂ ਵੀ ਜਾ ਕੇ ਖਾਈਏ ਪੀਓ ਤੇ ਸੋਈਏ ਕੱਲ ਫਿਰ ਕੰਮ ਤੇ ਜਾਣਾ ਓਕੇ ਜੀ ਸੀ ਯੂ ਇਨ ਨੈਕਸਟ ਵਲੌਗ ਓਕੇ ਲਾਈਕ ਐਂਡ ਸਬਸਕ੍ਰਾਈਬ ਮਰ ਗਿਆ ਤੁਹਾਡੀ ਦੇਖ ਲਓ